ਅੱਜ ਆਪਾਂ ਬਾਸਮਤੀ ਦੇ ਰੇਟਾਂ ਦੀ ਗੱਲ ਕਰਦੇ ਹਾਂ। ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਬਾਸਮਤੀ ਦੇ ਰੇਟ ਪੰਜਾਬ ਵਿੱਚ ਚੰਗੇ ਮਿਲ ਰਹੇ ਹਨ, ਪਰ ਇੱਕ ਸਮੱਸਿਆ ਵੀ ਆਉਣ ਸ਼ੁਰੂ ਹੋ ਚੁੱਕੀ ਹੈ। ਆਪਣੇ ਆਲੇ ਦੁਆਲੇ ਗੌਰ ਜ਼ਰੂਰ ਕਰਿਓ। ਤੁਸੀਂ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓ ਦੇਖੀਆਂ ਹੋਣਗੀਆਂ ਜਿਨ੍ਹਾਂ ਵਿੱਚੋਂ ਬਾਹਰਲੀਆਂ ਸਟੇਟਾਂ ਵਿੱਚੋਂ 1509 ਬਾਸਮਤੀ ਦੇ ਟਰੱਕ ਪੰਜਾਬ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਹਨ ਅਤੇ ਕਈ ਥਾਵਾਂ 'ਤੇ ਉਹਨਾਂ ਨੂੰ ਰੋਕਿਆ ਹਨ। ਜਦਕਿ ਬਾਹਰੋਂ ਜਿਹੜੀ ਬਾਸਮਤੀ ਆ ਰਹੀ ਹੈ ਉਹਨਾਂ ਜਗ੍ਹਾ 'ਤੇ ਰੇਟ ਘੱਟ ਹਨ ਅਤੇ ਪੰਜਾਬ ਵਿੱਚ ਇਸ ਵਾਰ ਚੰਗੇ ਰੇਟ ਮਿਲ ਰਹੇ ਹਨ। ਇਸ ਕਰਕੇ ਬਾਹਰੋਂ ਲਿਆ ਕੇ ਬਾਸਮਤੀ ਪੰਜਾਬ ਵਿੱਚ ਵੇਚਣ ਦਾ ਇੱਕ ਜਿਹੜਾ ਧੰਦਾ ਹੈ ਉਹ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਜ਼ਰੂਰ ਪਵੇਗਾ ਜੇਕਰ ਆਪਾਂ ਸੁਚੇਤ ਨਾ ਹੋਈਏ ਤਾਂ। ਪੰਜਾਬ ਵਿੱਚ ਬਾਸਮਤੀ ਦੇ ਰੇਟ ਤਕਰੀਬਨ 1509 ਦੇ ਜਿਹੜੇ ਦੱਸੇ ਜਾ ਰਹੇ ਹਨ ਹਰ ਵਾਰ 3000 ਦੇ ਆਰ ਪਾਰ ਰਹਿ ਚੁੱਕੇ ਹਨ। ਕੁਝ ਕੁ ਮੰਡੀਆਂ ਦੇ ਰੇਟ ਦੱਸਾਂਗੇ ਜਿਹੜੇ ਕਿ ਪੰਜਾਬ ਵਿੱਚ ਰਹੇ ਹਨ ਅਤੇ ਕੁਝ ਕੁ ਹਰਿਆਣਾ ਵਿੱਚ ਵੀ ਹਨ। ਜੇਕਰ ਪੰਜਾਬ ਵਿੱਚ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਮੰਡੀ ਦੇ ਵਿੱਚ 3125 ਰੁਪਈਏ ਲੱਗਾ, ਬਟਾਲਾ ਦੇ ਵਿੱਚ ਸਭ ਤੋਂ ਜ਼ਿਆਦਾ 1509 ਦਾ ਰੇਟ 3240, ਸੋਨੀਪਤ ਮੰਡੀ ਵਿੱਚ 3251, ਪਾਤੜਾ ਮੰਡੀ ਵਿੱਚ 3300 ਰੁਪਈਆ 1509 ਦਾ ਰੇਟ ਸਭ ਤੋਂ ਜ਼ਿਆਦਾ ਲੱਗਾ ਅਤੇ ਕਰਨਾਲ ਮੰਡੀ ਵਿੱਚ 3100 ਰੁਪਈਆ, ਸ਼੍ਰੀ ਅੰਮ੍ਰਿਤਸਰ ਵਿੱਚ 3163 ਰੁਪਈਏ ਇੱਕ ਜਗ੍ਹਾ ਲੱਗੇ ਹਨ ਅਤੇ ਕੋਟਕਪੂਰੇ ਵਿੱਚ 1509 ਦਾ ਰੇਟ 3260 ਰੁਪਈਏ ਲੱਗਾ, ਫਾਜ਼ਿਲਕਾ ਦੇ ਵਿੱਚ 1509 ਦਾ ਰੇਟ 3155, ਰਤੀਆ ਵਿੱਚ 3176, ਤਰਨ ਤਾਰਨ ਵਿੱਚ 3198 ਰੁਪਈਏ ਸਭ ਤੋਂ ਜ਼ਿਆਦਾ ਰੇਟ ਲੱਗਾ ਅਤੇ ਖਨੌਰੀ ਮੰਡੀ ਵਿੱਚ 3235